अंदेश है। अच सब तो पहला फौरी गल तो है कि अगर कोई जेसीबी नाल ट्रेनिंग वॉल बना के होर नुकसान होने तो बचाया जा सकता है, तो वास्ते फौरी तौर पर एक्शन करने की लोड़ है। एसकेएम साहब इतने आके कल कह के गए हैं, पर 24 घंटे के बाद भी इतने अजे कोई जेसीबी वगैरह नहीं आई। हमने डीसी मैडम गल करके है, ना सिर्फ जेसीबी इतने पहुंची जाए बल्कि इन्हों जो परिवार को मकान खाली करने के ऑर्डर दिए गए हैं उन्होंने कितने ना कि रुकने का प्रबंध किया जाए। बाकी जेहड़ा तुसी भी सुनिया जेहड़े मकान मालिक है वह कहिंदे असीं मकान छड के तुर जांगे, मगर साडे समान की कौन देखभाल करूगा, उसकी जिम्मेवारी की है। लोग अजे भी चोरी करन नहीं टल रहे, सोसायटी च हर किस्म के लोग वसते, इन्हां नू एक इन्हां दी औकड़ा समझ के इन्हां दी मजबूरी समझ के इस मसले का हल किया जाए, ना कि अज किस तरह पता लगे कोई एडमिनिस्ट्रेशन के आके ऑफिसर साहबान ने कह रहे थोड़ी तो कॉलोनी इलीगल सी। इलीगल सी या लीगल सी यह गल्लां बाद च होणगियां, जिम्मेवारी ऑफिसर साहबान की सी या प्रॉपर्टी डिवेलपर की सी या इन्हां दी है वह बाद च हो। अज के दिन ਸਾਡੇ ਇਹਨਾਂ ਪਰਿਵਾਰਾਂ ਦੇ ਉੱਤੇ ਇਹਨਾਂ ਲੋਕਾਂ ਦੇ ਉੱਤੇ ਜਿਹੜੀ ਔਕੜ ਆਈ ਹੈ ਜਿਹੜੀ ਪ੍ਰਕਿਰਤੀ ਖੜੀ ਹੈ ਉਹਨੂੰ ਨਿਪਟਣ ਵਾਸਤੇ ਸਾਨੂੰ ਹਰ ਸੰਭਵ ਸਹਾਇਤਾ ਦੇਣੀ ਚਾਹੀਦੀ ਹੈ। ਮੈਂ ਮੇਰੇ ਸਾਰੇ ਬੀਜੇਪੀ ਦੇ ਸਾਰੇ ਸਾਥੀਆਂ ਨੂੰ ਅੱਜ ਆ ਕਰਕੇ ਨਹੀਂ ਵੀ ਬੀਜੇਪੀ ਕਰਕੇ ਮੈਂ ਇਸ ਅਥਾਰਿਟੀ 'ਚ ਨਹੀਂ ਵੀ ਮੈਂ ਸਾਰੀ ਪਾਰਟੀਆਂ ਨੂੰ ਅਪੀਲ ਕਰਾਂ, ਅੱਜ ਰਾਜਨੀਤੀ ਇੱਕ ਪਾਸੇ ਛੱਡ ਕੇ ਹਰੇਕ ਬੰਦੇ ਨੂੰ ਇੱਕ ਐਨ ਜੀ ਓ ਦੇ ਤੌਰ 'ਤੇ ਕੰਮ ਕਰਕੇ, ਕਿਉਂਕਿ ਸਾਡੇ ਪੰਜਾਬੀਆਂ ਦੇ ਖੂਨ 'ਚ ਸੇਵਾ ਭਾਵ ਲਿਖੇ। ਅੱਜ ਇਹਨਾਂ ਪਰਿਵਾਰਾਂ ਨੂੰ ਕਹਿੰਦੇ ਅਸੀਂ ਬਾਹਰ ਬੈਠੇ ਹਾਂ ਘਰਾਂ 'ਚ, ਕਿੱਥੇ ਖਾਣਾ ਵੀ ਇਹਨਾਂ ਨੂੰ ਉਪਲਬਧ ਹੈ ਨਹੀਂ, ਆਹ ਸਾਰਾ ਕੰਮ ਸਾਡਾ ਬਣਦਾ। ਮੈਂ ਸਾਰੇ ਬੀਜੇਪੀ ਦੇ ਸਾਡੇ ਘੱਟੋ ਘੱਟ ਮੇਰੇ ਜਿਹੜੇ ਸਾਥੀ ਹੈ ਉਹਨਾਂ ਨੂੰ ਅਪੀਲ ਕਰਨਾ ਵੀ ਅੱਜ ਸਾਰਿਆਂ ਨਾਲ ਸਹਿਯੋਗ ਦੇ ਨਾਲ ਇਹਨਾਂ ਦੀ ਜੋ ਵੀ ਮਦਦ ਹੁੰਦੀ ਹੈ ਐਡਮਿਨਿਸਟ੍ਰੇਸ਼ਨ ਦੇ ਨਾਲ ਸਹਿਯੋਗ ਕਰਕੇ ਉਹਨਾਂ ਨਾਲ ਇਹਨਾਂ ਨਾਲ ਇੱਕ ਤਾਲਮੇਲ ਬਣਾ ਕੇ, ਚਾਹੇ ਖਾਣੇ ਦਾ ਪ੍ਰਬੰਧ ਹੈ ਚਾਹੇ ਇਹਨਾਂ ਨੂੰ ਹੋਰ ਕੋਈ ਮਦਦ ਦੀ ਲੋੜ ਹੈ, ਉਹ ਸਾਰੇ ਦੇ ਉੱਪਰ ਕਰੀਏ। ਬਾਕੀਆਂ ਗੱਲਾਂ ਬਾਅਦ ਅਜੇ ਅੰਦੇਸ਼ ਹੈ। ਅੱਜ ਸਭ ਤੋਂ ਪਹਿਲਾਂ ਫੌਰੀ ਗੱਲ ਤਾਂ ਹੈ ਕਿ ਅਗਰ ਕੋਈ ਜੇਸੀਬੀ ਨਾਲ ਇੱਥੇ ਟ੍ਰੇਨਿੰਗ ਵਾਲ ਬਣਾ ਕੇ ਹੋਰ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ, ਤਾਂ ਉਹਦੇ ਵਾਸਤੇ ਫੌਰੀ ਤੌਰ 'ਤੇ ਐਕਸ਼ਨ ਕਰਨ ਦੀ ਲੋੜ ਹੈ। ਐਸਕੇਐਮ ਸਾਹਿਬ ਇੱਥੇ ਆ ਕੇ ਕੱਲ੍ਹ ਕਹਿ ਕੇ ਗਏ ਹੈ, ਪਰ 24 ਘੰਟੇ ਦੇ ਬਾਅਦ ਵੀ ਇੱਥੇ ਅਜੇ ਕੋਈ ਜੇਸੀਬੀ ਵਗੈਰਾ ਨਹੀਂ ਆਈ। ਹੁਣੇ ਡੀਸੀ ਮੈਡਮ ਨਾਲ ਗੱਲ ਕਰਕੇ ਨਾ ਸਿਰਫ ਜੇਸੀਬੀ ਇੱਥੇ ਪਹੁੰਚੀ ਜਾਵੇ ਬਲਕਿ ਇਹਨਾਂ ਜਿਹੜੇ ਪਰਿਵਾਰਾਂ ਨੂੰ ਮਕਾਨ ਖਾਲੀ ਕਰਨ ਦੇ ਆਰਡਰ ਦਿੱਤੇ ਗਏ ਹੈ ਉਹਨਾਂ ਦੇ ਕਿਤੇ ਨਾ ਕਿਤੇ ਰੁਕਣ ਦਾ ਪ੍ਰਬੰਧ ਕੀਤਾ ਜਾਵੇ। ਬਾਕੀ ਜਿਹੜਾ ਤੁਸੀਂ ਵੀ ਸੁਣਿਆ ਜਿਹੜੇ ਮਕਾਨ ਮਾਲਕ ਹੈ ਉਹ ਕਹਿੰਦੇ ਅਸੀਂ ਮਕਾਨ ਛੱਡ ਕੇ ਤੁਰ ਜਾਂਗੇ, ਮਗਰ ਸਾਡੇ ਸਮਾਨ ਦੀ ਕੌਣ ਦੇਖਭਾਲ ਕਰੂਗਾ, ਉਹਦੀ ਜ਼ਿੰਮੇਵਾਰੀ ਕੀ ਹੈ। ਲੋਕ ਅਜੇ ਵੀ ਚੋਰੀ ਕਰਨ ਨੂੰ ਨਹੀਂ ਟਲ ਰਹੇ, ਸੋਸਾਇਟੀ 'ਚ ਹਰ ਕਿਸਮ ਦੇ ਲੋਕ ਵਸਦੇ, ਇਹਨਾਂ ਨੂੰ ਇੱਕ ਇਹਨਾਂ ਦੀ ਔਕੜਾਂ ਸਮਝ ਕੇ ਇਹਨਾਂ ਦੀ ਮਜਬੂਰੀ ਸਮਝ ਕੇ ਇਸ ਮਸਲੇ ਦਾ ਹੱਲ ਕੀਤਾ ਜਾਵੇ, ਨਾ ਕਿ ਅੱਜ ਕਿਸ ਤਰ੍ਹਾਂ ਪਤਾ ਲੱਗਿਆ ਕੋਈ ਐਡਮਿਨਿਸਟ੍ਰੇਸ਼ਨ ਦੇ ਆ ਕੇ ਆਫਿਸਰ ਸਾਹਿਬਾਨਾਂ ਨੂੰ ਕਹਿ ਰਹੇ ਤੁਹਾਡੀ ਤਾਂ ਕਲੋਨੀ ਇਲੀਗਲ ਸੀ। ਇਲੀਗਲ ਸੀਗੀ ਜਾਂ ਲੀਗਲ ਸੀ ਇਹ ਗੱਲਾਂ ਬਾਅਦ 'ਚ ਹੋਣਗੀਆਂ, ਜ਼ਿੰਮੇਵਾਰੀ ਔਫਿਸਰ ਸਾਹਿਬਾਨ ਦੀ ਸੀ ਜਾਂ ਪ੍ਰੋਪਰਟੀ ਡਿਵੈਲਪਰ ਦੀ ਸੀ ਜਾਂ ਇਹਨਾਂ ਦੀ ਹੈ ਉਹ ਬਾਅਦ 'ਚ ਹੋ। ਅੱਜ ਦੇ ਦਿਨ ਸਾਡੇ ਇਹਨਾਂ ਪਰਿਵਾਰਾਂ ਦੇ ਉੱਤੇ ਇਹਨਾਂ ਲੋਕਾਂ ਦੇ ਉੱਤੇ ਜਿਹੜੀ ਔਕੜ ਆਈ ਹੈ ਜਿਹੜੀ ਪ੍ਰਕਿਰਤੀ ਖੜੀ ਹੈ ਉਹਨੂੰ ਨਿਪਟਣ ਵਾਸਤੇ ਸਾਨੂੰ ਹਰ ਸੰਭਵ ਸਹਾਇਤਾ ਦੇਣੀ ਚਾਹੀਦੀ ਹੈ। ਮੈਂ ਮੇਰੇ ਸਾਰੇ ਬੀਜੇਪੀ ਦੇ ਸਾਰੇ ਸਾਥੀਆਂ ਨੂੰ ਅੱਜ ਆ ਕਰਕੇ ਨਹੀਂ ਵੀ ਬੀਜੇਪੀ ਕਰਕੇ ਮੈਂ ਇਸ ਅਥਾਰਿਟੀ 'ਚ ਨਹੀਂ ਵੀ ਮੈਂ ਸਾਰੀ ਪਾਰਟੀਆਂ ਨੂੰ ਅਪੀਲ ਕਰਾਂ, ਅੱਜ ਰਾਜਨੀਤੀ ਇੱਕ ਪਾਸੇ ਛੱਡ ਕੇ ਹਰੇਕ ਬੰਦੇ ਨੂੰ ਇੱਕ ਐਨ ਜੀ ਓ ਦੇ ਤੌਰ 'ਤੇ ਕੰਮ ਕਰਕੇ, ਕਿਉਂਕਿ ਸਾਡੇ ਪੰਜਾਬੀਆਂ ਦੇ ਖੂਨ 'ਚ ਸੇਵਾ ਭਾਵ ਲਿਖੇ। ਅੱਜ ਇਹਨਾਂ ਪਰਿਵਾਰਾਂ ਨੂੰ ਕਹਿੰਦੇ ਅਸੀਂ ਬਾਹਰ ਬੈਠੇ ਹਾਂ ਘਰਾਂ 'ਚ, ਕਿੱਥੇ ਖਾਣਾ ਵੀ ਇਹਨਾਂ ਨੂੰ ਉਪਲਬਧ ਹੈ ਨਹੀਂ, ਆਹ ਸਾਰਾ ਕੰਮ ਸਾਡਾ ਬਣਦਾ। ਮੈਂ ਸਾਰੇ ਬੀਜੇਪੀ ਦੇ ਸਾਡੇ ਘੱਟੋ ਘੱਟ ਮੇਰੇ ਜਿਹੜੇ ਸਾਥੀ ਹੈ ਉਹਨਾਂ ਨੂੰ ਅਪੀਲ ਕਰਨਾ ਵੀ ਅੱਜ ਸਾਰਿਆਂ ਨਾਲ ਸਹਿਯੋਗ ਦੇ ਨਾਲ ਇਹਨਾਂ ਦੀ ਜੋ ਵੀ ਮਦਦ ਹੁੰਦੀ ਹੈ ਐਡਮਿਨਿਸਟ੍ਰੇਸ਼ਨ ਦੇ ਨਾਲ ਸਹਿਯੋਗ ਕਰਕੇ ਉਹਨਾਂ ਨਾਲ ਇਹਨਾਂ ਨਾਲ ਇੱਕ ਤਾਲਮੇਲ ਬਣਾ ਕੇ, ਚਾਹੇ ਖਾਣੇ ਦਾ ਪ੍ਰਬੰਧ ਹੈ ਚਾਹੇ ਇਹਨਾਂ ਨੂੰ ਹੋਰ ਕੋਈ ਮਦਦ ਦੀ ਲੋੜ ਹੈ, ਉਹ ਸਾਰੇ ਦੇ ਉੱਤੇ ਕਰੀਏ। ਬਾਕੀਆਂ ਗੱਲਾਂ ਬਾਅਦ